ਅੱਜ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤਿਹਗੜ੍ਹ ਸਾਹਿਬ ਅਤੇ ਰੋਟਰੀ ਕਲੱਬ ਨੇ ਇੱਕ ਬਲੱਡ ਡੋਨੇਸ਼ਨ ਦਾ ਆਰਗਨਾਈਜੇਸ਼ਨ ਕੀਤਾ ਹੈਗਾ। ਬਲੱਡ ਡੋਨੇਸ਼ਨ ਸਭ ਤੋਂ ਵੱਡਾ ਦਾਨ ਹੈ, ਖੂਨ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਇੱਕ ਬੰਦਾ 3 ਮਹੀਨੇ ਬਾਅਦ ਖੂਨ ਦਾਨ ਕਰ ਸਕਦਾ, ਪਰ ਅਸੀਂ ਲੋਕ ਦਾਨ ਨਹੀਂ ਕਰਦੇ ਖੂਨ ਦਾ ਦਾਨ। ਖੂਨ ਦਾ ਦਾਨ ਅਤੇ ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈਗਾ। ਮੈਂ ਹਰ ਬੰਦੇ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਖੂਨ ਦਾਨ ਜ਼ਰੂਰ ਕਰੇ, ਸਾਲ 'ਚ 3 ਵਾਰ ਜ਼ਰੂਰ ਕਰੇ। ਲੇਡੀਜ਼ ਨੂੰ ਵੀ ਰਿਕੁਐਸਟ ਕਰਦਾ ਕਿ ਉਹ ਇਸ ਦੇ ਵਿੱਚ ਦਾਨ ਦੇ ਵਿੱਚ ਉਹ ਆਪਣਾ ਹਿੱਸਾ ਯੋਗਦਾਨ ਵੀ ਦੇਣ। ਅਤੇ ਮੇਰੀ ਰੋਟਰੀ ਕਲੱਬ ਦੀ ਬੜੀ ਸ਼ਲਾਘਾ ਕਰਦਾ ਕਿ ਉਹਨਾਂ ਦੇ ਕਾਰਨ ਇੱਥੇ ਅੱਜ ਬਲੱਡ ਡੋਨੇਸ਼ਨ ਦਾ ਕੈਂਪ ਲੱਗਾ ਹੈਗਾ। ਮੈਨੂੰ ਇੱਥੇ ਆ ਕੇ ਬਹੁਤ ਵੱਡੀ ਖੁਸ਼ੀ ਹੈ। ਥੈਂਕ ਯੂ ਸਾਰੇ ਡੋਨਰ ਜਿਹੜੇ ਆਏ ਉਹਨਾਂ ਦਾ ਥੈਂਕਸ ਕਰਦੇ ਹਾਂ। ਔਰ ਬੜਾ ਵੱਧ ਚੜ੍ਹ ਕੇ ਲੋਕਾਂ ਨੇ ਇਸ ਇਨੀਸ਼ੀਏਟਿਵ 'ਚ ਪਾਰਟੀਸਪੇਟ ਕੀਤਾ। ਬੜਾ ਨੋਬਲ ਕੌਜ਼ ਹੈ, ਕਿਸੇ ਦੀ ਜ਼ਿੰਦਗੀ ਬਚਦੀ ਹੈ ਇਹਦੇ ਨਾਲ, ਲੋਕ ਇਹਦੀ ਇੰਪੋਰਟੈਂਸ ਨੂੰ ਸਮਝ ਰਹੇ, ਇਹ ਸਮਾਜ ਲਈ ਬਹੁਤ ਅੱਛੀ ਗੱਲ ਹੈ। ਥੈਂਕ ਯੂ।